Like the video, subscribe to the channel and press the bell icon for latest video update. ਦਰਸੋ ਇਹ ਜਿਹੜੇ ਸ਼ਾਰਟਸ ਤੁਸੀਂ ਦੇਖ ਰਹੇ ਹੋ ਬਿਲਕੁਲ ਡੇਰਾ ਬਾਬਾ ਨਾਨਕ ਬਾਰਡਰ 'ਤੇ ਆ ਜਿੱਥੇ ਸ਼ਰਧਾਲੂ ਆ ਕੇ ਕਰਤਾਰਪੁਰ ਕੋਰੀਡੋਰ ਜਿੱਥੋਂ ਇਹ ਸੜਕ ਬਣਨੀ ਹੈਗੀ ਲਾਂਘਾ ਬਣਨਾ ਹੈਗਾ ਮਖਤਨ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਔਰ ਇਹਦੇ ਨਾਲ ਨਾਲ ਮੇਰੇ ਮਨ ਵਿੱਚ ਆਇਆ ਵੀ ਜਿਹੜਾ ਆਖਰੀ ਪਿੰਡ ਹੈਗਾ ਬਿਲਕੁਲ ਬਾਰਡਰ 'ਤੇ ਡੇਰਾ ਬਾਬਾ ਨਾਨਕ ਕੋਲ ਉਹ ਕਿਹੋ ਜਿਹਾ ਹੋਏਗਾ ਆਹ ਤੁਸੀਂ ਵਿਜ਼ੂਅਲ ਦੇਖ ਰਹੇ ਹੋ ਬਹੁਤ ਮਨ ਖਰਾਬ ਹੋਇਆ ਇੰਨੀ ਥੋੜ੍ਹੀ ਡਿਵੈਲਪਮੈਂਟ ਆ ਵੀ ਪੁੱਛੋ ਹੀ ਨਾ ਪਿੰਡ ਦਾ ਇੰਟਰੈਂਸ ਇਹ ਹੈਗਾ ਬਹੁਤ ਗੰਦਗੀ ਵਾਲਾ ਭਰਿਆ ਹੈਗਾ ਅਤੇ ਆਹ ਟੈਂਕੀ ਹੈਗੀ ਹੈ ਵੀ ਪਤਾ ਨਹੀਂ ਚੱਲਦੀ ਜਾਂ ਨਹੀਂ ਚੱਲਦੀ ਅਤੇ ਇਹਦੇ ਨਾਲ ਨਾਲ ਸੜਕਾਂ ਦਾ ਅਤੇ ਹੋਰ ਫੈਸਿਲਿਟੀ ਦਾ ਤਾਂ ਇੰਨਾ ਮਾੜਾ ਹਾਲ ਆ ਆਹ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ ਇਹ ਸਿੱਧੀ ਜਦੋਂ ਮੈਂ ਸਰਪੰਚ ਸਾਹਿਬ ਦਾ ਘਰ ਪਤਾ ਕੀਤਾ ਸਰਪੰਚ ਸਾਹਿਬ ਦੇ ਘਰ ਨੂੰ ਜਾਂਦੀ ਹੈਗੀ ਆ ਇਹ ਤੁਸੀਂ ਦੇਖ ਲਓ ਬਿਲਕੁਲ ਪਿੰਡ ਦੀ ਮੇਨ ਐਂਟਰੈਂਸ ਵਿੱਚ ਹੈਗਾ ਆਹ ਕਿਸ ਤਰ੍ਹਾਂ ਸੜਕ 'ਤੇ ਪਾਣੀ ਭਰਿਆ ਹੈਗਾ ਖੱਬੇ ਪਾਸੇ ਕਿੰਨਾ ਉਹ ਨਾਲੀਆਂ ਵਿੱਚ ਗੰਦਗੀ ਵਾਲਾ ਉਹ ਪਾਣੀ ਹੈਗਾ ਜਿੱਥੋਂ ਬਹੁਤ ਬੁਰੀ ਤਰ੍ਹਾਂ ਸਮੈਲ ਆ ਰਹੀ ਸੀ ਅਤੇ ਇਹ ਵਿਜ਼ੂਅਲ ਤੁਸੀਂ ਦੇਖ ਹੀ ਰਹੇ ਹੋ ਅਤੇ ਆਓ ਇਸ ਸੰਬੰਧ ਵਿੱਚ ਅਸੀਂ ਹੋਰ ਤੁਹਾਨੂੰ ਜਿਹੜੇ ਬਾਰਡਰ 'ਤੇ ਬਿਲਕੁਲ ਇਹ ਮੇਰੇ ਖਿਆਲ ਅੱਧੇ ਕਿਲੋਮੀਟਰ ਵੀ ਤੋਂ ਵੀ ਘੱਟ ਦੂਰੀ 'ਤੇ ਆ ਇਹ ਪਿੰਡ ਆਓ ਇਸ ਪਿੰਡ ਦੇ ਸਰਪੰਚ ਨਾਲ ਗੱਲ ਕਰਾਉਂਦੇ ਹਾਂ ਅਸੀਂ ਪਿੰਡ ਜੋੜੀਆਂ ਖੁਰਦ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਬਾਰਡਰ ਦੇ ਬਿਲਕੁਲ ਲਾਗੇ ਹੈਗਾ ਇਹਨਾਂ ਦੇ ਸਰਪੰਚ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਇਹ ਤੁਹਾਡੇ ਪਿੰਡ ਦੀ ਮਹਾਰਾਜ ਬੜੀ ਬੁਰੀ ਹਾਲਤ ਆ ਆਈਵਨ ਤੁਹਾਡੇ ਘਰ ਦੇ ਲਾਗੇ ਬੜਾ ਵੱਡਾ ਹਾਂਜੀ ਹਾਂਜੀ ਢੇਰ ਲੱਗਾ ਹੈਗਾ ਗੰਦਾ ਤੇ ਜਿਹੜੀਆਂ ਹੈਗੀਆਂ ਗਲੀਆਂ ਵਿੱਚ ਵੀ ਚੰਗਾ ਗੰਦ ਪਿਆ ਹੈਗਾ ਕੀ ਕਹਿਣਾ ਚਾਹੁੰਦੇ ਹੋ ਡਿਵੈਲਪਮੈਂਟ ਕਿਉਂ ਨਹੀਂ ਹੋਈ ਪਿੰਡ ਵਾਲੇ ਜੀ ਜਿਹੜੇ ਤੁਹਾਨੂੰ ਅੱਜ ਜਿਹੜੇ ਮਹਾਤੜ ਲੋਕ ਬਹੁਤੇ ਨੇ ਜ਼ਮੀਨ ਕਿੱਲਾ ਕਿੱਲਾ ਡੇਢ ਡੇਢ ਕਿੱਲਾ ਜ਼ਮੀਨ ਆ ਇਸ ਕਰੇ ਘਰ ਦਾ ਬੱਚਿਆਂ ਦਾ ਗੁਜ਼ਾਰਾ ਹੀ ਮਹਾਂ ਤੁਰਦਾ ਅਤੇ ਇਹ ਰਸਤਾ ਥੋੜ੍ਹੇ ਚਿਰ ਤੋਂ ਹੀ ਦੋ ਚਾਰ ਮਹੀਨੇ ਤੋਂ ਹੀ ਹੋਇਆ ਵਾ ਜਿਹੜਾ ਪਾਣੀ ਖਲੋਤਾ ਵਾ ਬਾਕੀ ਸਰਕਾਰ ਦਿੰਦੀ ਪੈਸਾ ਤਾਂ ਫਿਰ ਇਹ ਵੀ ਹੁਣ ਜਿਹੜਾ ਸੀ ਇਹ ਰਸਤਾ ਜਿਹੜਾ ਬਿਲਕੁਲ ਬਣ ਕੇ ਟਿੱਲੀ ਹੋ ਜਾਣਾ ਸੀ ਸਰਕਾਰ ਨੇ ਹਾਲੇ ਤੱਕ ਕੋਈ ਇਸ ਪਿੰਡ ਨੂੰ ਪੈਸਾ ਨਹੀਂ ਦਿੱਤਾ ਇਹ ਨਹੀਂ ਅਸੀਂ ਆ ਜਾਂਦੇ ਵੀ ਅਸੀਂ ਅਕਾਲੀ ਸਰਪੰਚ ਜਾਂ ਸਰਕਾਰ ਸਾਨੂੰ ਹੀ ਦੇਵੇ ਕੋਈ ਵੀ ਮੁੱਖ ਰੱਖ ਕੇ ਪ੍ਰਬੰਧਕ ਲਾ ਕੇ ਜਿਹੜਾ ਹਾਂ ਉੱਥੇ ਚਲੋ ਆਪਣੇ ਕਾਂਗਰਸੀ ਭਰਾ ਵੀ ਅਸੀਂ ਤਾਂ ਆਉਂਦੇ ਹਾਂ ਵੀ ਉਹਨਾਂ ਦੇ ਜ਼ਰੀਏ ਕੰਮ ਹੋ ਜਾਵੇ ਹੋਣਾ ਚਾਹੀਦਾ ਵਾ ਕਿਉਂ ਪਿੰਡ 'ਚ ਨਰਕ ਬਹੁਤ ਆ ਅਤੇ ਗਾਂ ਆਪਣੇ ਸ਼ਹਿਰ ਦੇ ਵਿੱਚ ਆ ਗਏ ਜੇ ਸ਼ਹਿਰ ਦੇ ਆਉਣ ਦੇ ਬਾਵਜੂਦ ਵੀ ਇਸ ਤਰ੍ਹਾਂ ਨਰਕ ਰਿਹਾ ਤਾਂ ਫਿਰ ਸਾਡੇ ਪਿੰਡ ਦਾ ਸ਼ਹਿਰ ਦੇ ਆਉਣ ਦੇ ਵਿੱਚ ਕੋਈ ਫਾਇਦਾ ਨਹੀਂ ਗਾ ਹਾਂਜੀ ਹਾਂਜੀ ਅਤੇ ਇੱਥੇ ਫਿਰ ਜਿਹੜੇ ਬਾਕੀ ਜ਼ਿਆਦਾ ਲੋਕ ਕੀ ਕਰਦੇ ਹੈਗੇ ਬਿਲਕੁਲ ਬਾਰਡਰ ਦੇ ਤੁਹਾਡਾ ਲਾਗੇ ਪਿੰਡ ਹੈਗੇ ਕੀ ਖੇਤੀਬਾੜੀ ਕਰਦੇ ਕੁਝ ਹੋਰ ਵੀ ਕਰਦੇ ਦੇਖੋ ਜੀ ਅਸੀਂ ਤਾਂ ਜਿਹੜੇ ਤਾਂ ਜ਼ਿਮੀਂਦਾਰ ਭਰਾ ਨੇ ਜਿੰਨੇ ਵੀ ਹਾਂਜੀ ਉਹ ਤਾਂ ਮਾੜੀ ਮੋਟੀ ਖੇਤੀਬਾੜੀ ਕਰਦੇ ਆ ਕੋਈ ਦੋ ਚਾਰ ਘਰਾਂ ਦੇ ਬੱਚੇ ਬਾਹਰ ਵੀ ਗਏ ਹੈਗੇ ਆ ਬਾਹਰ ਵੀ ਨੌਕਰੀਆਂ ਤੇ ਵੀ ਹੈਗੇ ਨੇ ਬਾਕੀ ਜਿਹੜੇ ਚੌਧਰੀ ਭਰਾ ਨੇ ਜਿੰਨੇ ਵੀ ਬੀਸੀ ਵਾਲੇ ਨੇ ਉਹ ਤੇ ਦਿਹਾੜੀ ਦਪਾ ਕਰਕੇ ਆਪਣਾ ਜਿਹੜਾ ਗੁਜ਼ਾਰਾ ਜਿਹੜਾ ਉਹ ਚਾਰੇ ਚਲਾ ਰਹੇ ਨੇ ਇੱਥੇ ਗੋਭੀ ਦੀ ਕਾਸ਼ਤ ਬਹੁਤ ਹੁੰਦੀ ਜਿਹੜੀ ਜ਼ਮੀਨ ਸਰਕਾਰ ਐਕਵਾਇਰ ਕਰ ਰਹੀ ਹੈ ਬਾਰਡਰ ਦੇ ਲਾਗੇ ਅੱਛਾ ਅੱਛਾ ਇਹ ਗੋਭੀ ਫੁੱਲ ਗੋਭੀ ਹਾਂਜੀ ਹਾਂਜੀ ਆਪਣੇ ਫੁੱਲ ਗੋਭੀ ਅੱਛਾ ਗੋਭੀ ਜਿਹੜੀ ਆ ਉਹ ਬਹੁਤ ਹੁੰਦੀ ਸੀ ਤੇ ਉਹ ਜ਼ਮੀਨ ਜਿਹੜੀ ਹੈ ਸਰਕਾਰ ਨੇ ਐਕਵਾਇਰ ਕਰ ਲੈਣੀ ਹੈ ਤੇ ਜਿਹੜਾ ਮਜ਼ਦੂਰਾਂ ਦਾ ਵੀ ਇੱਥੇ ਰੋਟੀ ਰੋਜੀ ਜਿਹੜਾ ਕੰਮ ਹੈ ਉਹ ਬਿਲਕੁਲ ਵਿਹਲੇ ਹੋ ਕੇ ਬਹਿ ਜਾਣੇ ਆ ਅਸੀਂ ਅੱਗੇ ਵੀ ਮੰਗ ਰੱਖੀ ਹੈ ਹੁਣ ਵੀ ਇਹੋ ਮੰਗ ਰੱਖਦੇ ਆ ਵੀ ਸਰਕਾਰ ਜਿਹੜਾ ਵਾ ਇਹਨਾਂ ਜਿਹੜੇ ਮਜ਼ਦੂਰਾਂ ਦਾ ਇਹਨਾਂ ਦਾ ਵੀ ਕੋਈ ਸੋਚੇ ਵੀ ਇਹਨਾਂ ਦਾ ਜਿਹੜਾ ਧੰਦਾ ਜਿਹੜਾ ਉਹ ਤੇ ਖੁੱਸ ਜਾਣਾ ਤੇ ਇਹ ਚਾਰੇ ਕਿੱਥੇ ਜਾਣਗੇ ਤੇ ਦੂਰ ਦੁਰਾਡੇ ਘਰ ਛੱਡ ਕੇ ਜਾ ਨਹੀਂ ਸਕਦੇ ਤੇ ਇਹ ਕਰਕੇ ਸਾਡੀ ਤਾਂ ਸਰਕਾਰਾਂ ਨੂੰ ਇਹੋ ਹੀ ਬੇਨਤੀ ਆ ਵੀ ਇਹਨਾਂ ਨੂੰ ਜਿਹੜਾ ਵਾ ਇਹਨਾਂ ਨੂੰ ਵੀ ਕੁਝ ਤੇ ਕੁਝ ਜਿਹੜਾ ਜਿਵੇਂ ਆਪਣੇ ਦਿਹਾੜੀਦਾਰਾਂ ਨੂੰ ਜਿਹੜਾ ਮਿਲਣਾ ਚਾਹੀਦਾ ਵਾ ਕਿ ਉਹ ਇਹ ਬੱਚੇ ਆਪਣੇ ਛੱਡ ਕੇ ਕਿਤੇ ਜਾ ਨਹੀਂ ਸਕਦੇ ਕਿ ਮਕਾਨ ਬਣਾਏ ਨੇ ਘਰ ਦੀ ਜਗ੍ਹਾ ਵਾ ਬੱਚੇ ਨੇ ਨਿੱਕੇ ਨਿੱਕੇ ਇਹ ਕਿੱਥੇ ਛੱਡ ਕੇ ਜਾਣਗੇ ਇਸ ਕਰਕੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਚੜ ਕੇ ਜਿਹੜਾ ਇਹਨਾਂ ਦੀ ਵੀ ਗਰੀਬ ਲੋਕਾਂ ਦੀ ਵੀ ਮਦਦ ਜਿਹੜੀ ਉਹ ਕਰਨ ਆਹ ਜਿਵੇਂ ਚਲੋ ਦਰਸ਼ਕੋ ਆਹ ਸੜਕਾਂ ਦੇਖ ਲਓ ਆਹ ਬੱਚੇ ਕੁਛ ਖੜ੍ਹੇ ਹੈਗੇ ਆ ਇੱਧਰ ਸਰੋਂ ਦੀ ਖੇਤੀ ਹੈਗੀ ਆ ਖੇਤੀ ਤਾਂ ਮੈਨੂੰ ਠੀਕ ਲੱਗਦੀ ਇਸ ਇਲਾਕੇ 'ਚ ਜ਼ਿਆਦਾ ਬੱਚੇ ਪੜ੍ਹਦੇ ਕਿੱਥੇ ਹੈਗੇ ਸਕੂਲ ਕਿਸ ਲੈਵਲ ਦਾ ਤੁਹਾਡੇ ਪਿੰਡ ਵਿੱਚ
ਇਹ ਜੀ ਆਪਣੇ ਡੇਰਾ ਬਾਬਾ ਨਾਨਕ ਸਾਹਿਬ ਸਕੂਲ ਵੀ ਹੈਗੇ ਨੇ ਦੋ ਤਿੰਨ ਪ੍ਰਾਈਵੇਟ ਸਕੂਲ ਬੜੇ ਨੇ ਉੱਥੇ ਵੀ ਬੱਚੇ ਜਾਂਦੇ ਨੇ ਗੱਡੀਆਂ ਆਉਂਦੀਆਂ ਨੇ ਉਹ ਸਵੇਰੇ ਚੜਾ ਕੇ ਬੱਚਿਆਂ ਨੂੰ ਲੈ ਜਾਂਦੀਆਂ ਨੇ ਹਾਂਜੀ ਹਾਂਜੀ ਹਾਂ ਤੇ ਜਦੋਂ 71 ਦੀ ਲੜਾਈ ਹੋਈ ਸੀ ਸਾਡੇ ਪਾਕਿਸਤਾਨ ਨਾਲ ਉਦੋਂ ਇਹ ਲੋਕੀ ਪਿੰਡ ਵਾਲੇ ਖਾਲੀ ਕਰਕੇ ਗਏ ਸੀ ਨਹੀਂ ਜੀ ਬਿਲਕੁਲ ਖਾਲੀ ਕਰਕੇ ਨਹੀਂ ਗਏ ਜੋ ਆਪਣੇ ਛੋਟੇ ਛੋਟੇ ਬੱਚੇ ਸੀ ਜਾਂ ਆਪਣੇ ਇਹਨਾਂ ਤੋਂ ਤੁਹਾਨੂੰ ਪਤਾ ਵੀ ਇਹ ਜਿਹੜੀ ਸਰਕਾਰਾਂ ਨੇ ਕਰਦੇ ਇਹ ਕਰਕੇ ਧੀਆਂ ਭੈਣਾਂ ਨੂੰ ਤੇ ਜਿਹੜੇ ਬੱਚਿਆਂ ਨੂੰ ਉਹ ਗਾਂਹ ਭੇਜ ਦਿੱਤਾ ਸੀ ਤੇ ਜਿੰਨੇ ਮਰਦੇ ਸੀ ਉਹ ਆਪਣੇ ਜਿਹੜੇ ਉਹ ਆਪਣੇ ਘਰਾਂ 'ਚ ਹੀ ਇੱਥੇ ਦੇਖਭਾਲ ਜਿਹੜੀ ਆਪਣੀ ਕਰਕੇ ਤੇ ਉਹਨਾਂ ਰੱਖੀ ਹੋਈ ਇੱਥੇ ਰਹੇ ਸੀ ਸਾਰੇ ਕੋਈ ਨਹੀਂ ਗਿਆ 71 ਦੀ ਲੜਾਈ 'ਚ। ਅੱਛਾ ਇਹ ਜਿਹੜੀ ਗੈਸ ਸਿਲੰਡਰ ਜਿਹੜੀ ਘਰਾਂ ਦੀ ਜਿਹੜੀ ਜਿਹੜੀ ਖਾਣਾ ਬਾਣਾ ਕੁਕਿੰਗ ਉਹ ਕਿਸ ਹਿਸਾਬ ਨਾਲ ਗੈਸ ਗੂਸ ਹੈਗੀ ਇੱਥੇ ਤਾਂ ਪਾਥੀਆਂ ਪਾਥੀਆਂ ਦਰਸ਼ਕੋ ਮੈਨੂੰ ਦਿਸਦੀਆਂ ਹੈਗੀਆਂ ਹਰ ਪਾਸੇ ਪਾਥੀਆਂ ਪਾਥੀਆਂ ਗੈਸ ਸਿਲੰਡਰ ਨਹੀਂ ਹੈਗੇ ਜੀ ਇੱਥੇ ਸਿਲੰਡਰ ਨਹੀਂ ਗੇ ਹੈਗੇ ਪੂਰੇ ਜੀ ਆਪਣੇ ਸਿਲੰਡਰ ਪਿੱਛੇ ਦਿੱਤੇ ਵੀ ਸੀ ਮੋਦੀ ਸਾਹਿਬ ਨੇ ਉਹ ਚਲੋ ਵੰਡੇ ਵੀ ਸੀ ਕਈ ਘਰ ਇਹੋ ਜਿਹੇ ਵੀ ਹੈ ਜਿਨ੍ਹਾਂ ਨੂੰ ਹਾਲੇ ਤੱਕ ਵੀ ਨਹੀਂ ਗੇ ਮਿਲੇ ਪਹੁੰਚੇ ਨਹੀਂ ਗੇ ਲਿਸਟਾਂ ਵੀ ਆਈਆਂ ਸੀ ਉਹਨਾਂ ਨੂੰ ਹਾਲੇ ਤੱਕ ਸਿਲੰਡਰ ਨਹੀਂ ਗੇ ਪਹੁੰਚੇ ਇਹ ਕਰਕੇ ਲੋਕ ਪਾਥੀ ਆਪਣੇ ਪੱਥ ਕੇ ਬਾਲਣ ਬਾਲ ਕੇ ਜਿਹੜਾ ਉਹ ਆਪਣੇ ਬਾਹਰੋਂ ਢੀਂਗਰੀ ਛਾਪਾ ਚੁੱਕ ਕੇ ਲਿਆ ਕੇ ਤੇ ਆਪਣਾ ਗੁਜ਼ਾਰਾ ਜਿਹੜਾ ਘਰ ਦਾ ਤੋਰਨ ਡਏ ਨੇ ਬਾਲਣ ਦੇ ਨਾਲ ਵੀ ਚੁੱਲ੍ਹੇ ਵਗੈਰਾ ਬਾਲ ਕੇ ਜੀ। ਤੇ ਹੋਰ ਇੱਕ ਤਾਂ ਗਲੀਆਂ ਨਾਲੀਆਂ ਦਾ ਤਾਂ ਮੈਂ ਦਰਸ਼ਕੋ ਫਿਰ ਇੱਕ ਵਾਰੀ ਆ ਦੇਖੋ ਜਿਹੜੀ ਮੇਨ ਕਾਫੀ ਸਮੈਲ ਵੀ ਆਉਂਦੀ ਹੈਗੀ ਆ ਸਾਰੇ ਇੱਧਰ ਜਿਹੜੀਆਂ ਗਲੀਆਂ। ਇਹ ਤੋਂ ਇਲਾਵਾ ਹੋਰ ਧਾਰਮਿਕ ਸਥਾਨ ਕਿੰਨੇ ਆ ਮੰਦਰ ਗੁਰਦੁਆਰੇ ਵਗੈਰਾ ਜ਼ਿਆਦਾ ਲੋਕੀ ਕਿਹਨੂੰ ਜਿਹੜਾ ਹੈਗਾ ਗੁਰਦੁਆਰੇ ਵਗੈਰਾ ਸਾਡੇ ਤੇ ਜੀ ਇੱਥੇ ਗੁਰਦੁਆਰਾ ਬਾਬਾ ਸ੍ਰੀ ਚੰਦ ਦਾ ਗੁਰਦੁਆਰਾ ਸਾਹਿਬ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇ ਵੱਡੇ ਸਪੁੱਤਰ ਉਹਨਾਂ ਦਾ ਇਹ ਗੁਰਦੁਆਰਾ ਵਾ ਤੇ ਸਾਡਾ ਤੇ ਨਗਰ ਜਿੰਨਾ ਵੀ ਆ ਸਾਰਾ ਹੀ ਆਪਣੇ ਹੋਰ ਬਾਹਰੋਂ ਵੀ ਸੰਗਤ ਜਿਹੜੀ ਆ ਇੱਥੇ ਜਿਹੜੀ ਆ ਬਹੁਤ ਦੂਰ ਦੁਰਾਡੇ ਤੋਂ ਆਣ ਕੇ ਤੇ ਇੱਥੇ ਆਪਣੇ ਭਾਵਨਾ ਦੇ ਨਾਲ ਜਿਹੜੀ ਸੇਵਾ ਇੱਥੇ ਕਰਦੀ ਆ। ਇਹ ਗੁਰਦੁਆਰਾ ਜਿਹੜਾ ਬਾਬੇ ਸ੍ਰੀ ਚੰਦ ਦਾ ਵਾ ਇੱਥੇ ਬੇਦੀ ਲੋਕ ਜਿਹੜੇ ਆ ਇਹਨੂੰ ਬਹੁਤ ਆਪਣੇ ਮਨੋ ਤਨੋ ਹੋ ਕੇ ਜਿਹੜੇ ਬਾਬਾ ਸ੍ਰੀ ਚੰਦ ਦੀ ਜਗ੍ਹਾ ਨੂੰ ਜਿਹੜੇ ਮੰਨਦੇ ਨੇ ਤੇ ਇੱਥੇ ਲਗਾਤਾਰ ਮੇਲੇ ਆਪਣੇ ਕੋਈ 9ਵੇਂ ਮਹੀਨੇ ਦੇ ਵਿੱਚ ਮੇਲਾ ਜਿਹੜਾ ਉਹ ਆਉਂਦਾ ਵਾ ਤੇ ਹਾਂ ਬਾਬਾ ਸ੍ਰੀ ਚੰਦ ਦੇ ਜਦੋਂ ਬਟਾਲਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਦੇ ਗੁਰਪੁਰਬ ਦੇ ਉਹ ਤੋਂ 2 ਦਿਨ ਮਗਰੋਂ ਜਿਹੜਾ ਇਹ ਮੇਲਾ ਹੁੰਦਾ ਵਾ ਤੇ ਬੇਦੀ ਲੋਕ ਜਿਹੜੇ ਇੱਥੇ ਬੜੀ ਭਾਵਨਾ ਦੇ ਨਾਲ ਜਿਹੜੇ ਅਖੰਡਪਾਠ ਸਾਹਿਬ ਜਿਹੜੇ ਕਰਾਉਂਦੇ ਨੇ ਤੇ ਇਸ ਬਾਬਾ ਸ੍ਰੀ ਚੰਦ ਜੀ ਨੂੰ ਮੰਨਦੇ ਨੇ ਉਹਨਾਂ ਦੀਆਂ ਇੱਥੋਂ ਮਨੋਕਾਮਨਾ ਭਾਵਨਾ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਨੇ। ਹਾਂਜੀ ਹਾਂਜੀ ਇਹ ਦਰਸ਼ਕੋ ਦੇਖ ਲਓ ਸਾਬਕਾ ਸਰਪੰਚ ਰਹੇ। ਅੱਛਾ ਅੱਛਾ ਸਾਬਕਾ ਸਰਪੰਚ ਲਓ ਜੀ ਬੜੀ ਖੁਸ਼ੀ ਵਾਲੀ ਗੱਲ ਸਾਬਕਾ ਸਰਪੰਚ ਜੀ ਤੁਹਾਡਾ ਨਾਂ ਵੀ ਦੱਸ ਦਿਓ। ਕੁਲਵੰਤ ਸਿੰਘ ਜੀ ਤੁਸੀਂ ਕਿਹੜੇ ਸਾਲ ਵਿੱਚ ਰਹੇ ਸੀ ਸਰਪੰਚ ਇੱਥੇ? ਮੈਂ ਤਾਂ ਕਮ ਸੇ ਕਮ 77-78 20 ਸਾਲ ਦੇ ਤਕਰੀਬਨ। ਤੁਹਾਡੇ ਕੋਲ ਤਾਂ ਵੱਡੀ ਸਾਰੀ ਕਾਰ ਹੋਣੀ ਚਾਹੀਦੀ ਤੁਸੀਂ ਤਾਂ ਵਿਚਾਰੇ ਸਾਈਕਲ ਤੇ ਤੁਰੇ ਫਿਰਦੇ ਹੋ ਕਿੱਦਾਂ ਦੇ ਸਰਪੰਚ ਹੋ ਤੁਸੀਂ? ਹਾਂਜੀ ਬਾਰਡਰ ਇਲਾਕੇ ਦੇ ਪਿੰਡ ਦੇ ਸਰਪੰਚ ਹੋ। ਗੱਲ ਪਤਾ ਕੀ ਹੈ, ਇੱਕ ਸੇਵਾ ਕਰਨੀ, ਇੱਕ ਸਰਪੰਚੀ ਕਰਨੀ, ਸੇਵਾਦਾਰ ਹੈ ਸਰਪੰਚ ਦੀ ਗਰੀਬ ਹੋਇਆ। ਬਹੁਤ ਅੱਛੀ ਗੱਲ, ਬਹੁਤ ਅੱਛੀ, ਸ਼ਾਬਾਸ਼, ਬਹੁਤ ਅੱਛਾ ਲੱਗਾ ਤੁਹਾਡਾ। ਕਿਹੜੀ ਪਾਰਟੀ ਨਸਵੰਤ ਸੀ ਤੁਹਾਡਾ? ਗੱਲ ਆ ਵੀ ਵੇਖੋ ਜੇ ਮੈਂ ਨਾ ਹਾਂਜੀ ਇਹਨੂੰ ਕਰਨਾ ਸਾਈਕਲ ਜਿਹੜਾ ਹੁਣ ਜਿਹੜਾ ਤੁਹਾਡੇ ਨਾਲ 2 ਮਿੰਟ ਗੱਲ ਇਹ ਆ ਆਪਣੇ 10 ਸਾਲ ਮੁੜ ਕੇ ਉਹ ਵੀ ਰਹੇ ਸਰਪੰਚ, ਮੈਂ ਵੀ ਰਿਹਾ ਪਹਿਲਾਂ ਪਿਆ ਹਾਂ। ਫਿਰ ਉਹ ਲੱਗੀ, ਫਿਰ ਪਿੰਡ ਵਾਲਿਆਂ ਨੇ ਗੁਰਦੁਆਰੇ ਸੋਹਣ ਕਰਾ ਕੇ ਮੈਨੂੰ ਇਹਨੂੰ ਸਰਪੰਚ ਬਣਾਇਆ। ਦਸ ਲੱਖ 31 ਹਜ਼ਾਰ ਮੈਂ ਪਿੰਡ ਚ ਢਲਵਾਈ ਆ ਆਪਣੇ ਸਿਰ ਤੇ ਚੁੱਕ ਚੁੱਕ ਕੇ, ਨਾਲ ਹੀ ਆਪ ਸਾਫ਼ ਕੀਤੀਆਂ, ਪਿੰਡ ਦਾ ਆਪ ਕੰਮ ਕੀਤਾ ਜਿਹੜਾ ਕੰਮ ਸੀ। ਇਹ ਤੁਹਾਡਾ ਬਾਰਡਰ ਲਾਗੇ ਪਿੰਡ ਹੈਗਾ ਆਪਣੇ, ਪਰ ਅੱਧੀ ਪਚੱਧੀ ਡਿਵੈਲਪਮੈਂਟ ਹੋਈ, ਬਹੁਤੀ ਨਹੀਂ ਹੋਈ ਹੈਗੀ ਹੈ ਨਾ। ਗੱਲ ਵੇਖੋ ਜੀ, ਹੁਣ ਪਤਾ ਗੱਲ ਕੀ ਆ, ਇਹ ਤੇ ਜਿਹੜੀਆਂ ਸਰਕਾਰਾਂ ਜਿੰਨੀ ਕੁ ਦਿੰਦੀ ਆ ਮਤਲਬ ਪੈਸੇ, ਉਹਨੇ ਅਸੀਂ ਲੋਕਾਂ ਨੇ ਲਾਉਣੇ ਆ। ਮੇਰੀ ਗੱਲ ਸੁਣੋ, ਕੋਲ ਤੇ ਕੋਈ ਨਹੀਂ ਲਾਉਂਦਾ ਹੈਗੇ। ਹਾਂਜੀ ਸਾਡਾ ਇਹ ਬੜੀ ਵੱਡੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦਾ ਘਰ ਹੈ ਬਾਬਾ ਸ੍ਰੀ ਚੰਦ ਸਾਹਿਬ ਦੀ ਮਿਹਰ ਨਾਲ। ਹਾਂ ਬਹੁਤ ਅੱਛੀ, ਇੱਥੇ ਦੇਖ ਲਓ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ, ਬਹੁਤ ਮਾਨਤਾ ਰੱਖਦੇ ਹੈਗੇ। ਇਹਦੇ ਆਸਰੇ ਨਾਲ ਸਾਡਾ ਪਿੰਡ ਬਚਿਆ, 2 ਲੜਾਈਆਂ ਹੋਈਆਂ ਨੇ ਇੱਥੇ, ਮੇਰੀ ਗੱਲ ਸੁਣ, ਇੱਕ ਦਵਾਨੀ ਦਾ ਨੁਕਸਾਨ ਨਹੀਂ ਹੋਇਆ। ਉਹ ਬਹੁਤ ਅੱਛਾ ਅੱਛਾ, ਜਿੱਥੇ ਫਿਰ ਗੁਰੂ ਮਹਾਰਾਜ ਦਾ ਹੱਥ ਹੋਵੇ ਫਿਰ ਉੱਥੇ ਇੱਕ ਵਾਰੀ ਜੀ ਇੱਥੇ ਮਤਲਬ ਬਈ ਬੰਬ ਵੱਜਾ ਸੀ ਇੱਥੇ,
ਤੇ ਨਾਲ ਹੀ ਫੌਜ ਦੀ ਮਤਲਬ ਮੋਰਚਾ ਸੀਗਾ। ਅੱਛਾ, ਇੱਥੋਂ ਤੱਕ ਕਿ ਜਿਹੜੇ ਫੌਜੀ ਜਿੱਥੇ ਵੱਜਾ ਸੀ ਨਾਲ, ਉਹਨਾਂ ਨੂੰ ਜਾਗ ਤੱਕ ਨਹੀਂ ਆਈ। ਅੱਛਾ, ਬੰਬ ਫਟਿਆ ਨਹੀਂ ਮਤਲਬ? ਮਤਲਬ ਬੰਬ ਫਟਿਆ ਨਹੀਂ, ਪਰ ਲਾਗੇ ਪਿਆ ਖੁਰਾਕ ਤੇ ਇੰਨਾ ਹੁੰਦਾ, ਪਰ ਉਹ ਗੱਲ ਆ ਵੀ ਬਾਬਾ ਜੀ ਦੀ ਇੰਨੀ ਰਹਿਮਤ ਦੇ ਨਾਲ ਇਹ ਲੋਕ ਜਿਹੜੇ ਸਾਡੇ ਪਿੰਡ ਦੇ ਆ ਨਾ, ਫਿਰ ਪਹਿਲਾਂ ਮੱਥਾ ਟੇਕਦੇ ਬਾਬੇ ਸੀਚਨ ਦਾ, ਫਿਰ ਹੁਣ ਕੰਮ ਮਗਰੋਂ ਕਰਦੇ। ਓ ਅੱਛਾ, ਬਹੁਤ ਅੱਛੀ। ਹਾਂ, ਇਹ ਫਿਰ ਵੀ ਡੇਰਾ ਬਾਬਾ ਨਾਨਕ ਦੇ ਇਲਾਕੇ 'ਚ ਪਿੰਡ ਆ, ਇੱਥੇ ਬਾਬੇ ਨਾਨਕ ਦਾ ਇਨਫਲੂਐਂਸ ਨਹੀਂ ਹੋਣਾ ਤੇ ਉੱਥੇ ਹੋਰ ਕਿਤੇ ਹੋਏ? ਫਿਰ ਜੀ ਇਹ ਫਿਰ ਇਸ ਪਤਾ ਗੱਲ ਕਿ ਇਹ ਪਿੰਡ ਦੀ ਜਿਹੜੀ ਨੀਂਹ ਆ ਨਾ, ਬਾਬਾ ਸਿੱਚਨ ਸਾਹਿਬ ਨੇ ਜੌੜੀਆਂ ਖੁਰਦ ਜਿਹੜੇ ਜੌੜੀਆਂ ਦੇ ਨਾਂ 'ਤੇ ਇੱਥੇ ਡੇਰਾ ਬਾਬਾ ਨਾਨਕ ਨੀਂਹ ਰੱਖੀ ਆ। ਅੱਛਾ ਜੀ। ਅਤੇ ਡੇਰਾ ਬਾਬਾ ਨਾਨਕ ਦੇ ਲੋਕ ਜਿਹੜੇ ਨੇ ਉਹ ਸਵੇਰੇ ਵੀ ਇੱਥੇ ਮੱਥਾ ਆਪ ਪਹਿਲਾਂ ਟੇਕਣ ਆਉਂਦੇ ਨੇ। ਅੱਛਾ, ਡੇਰਾ ਬਾਬਾ ਦੇ ਨਾਨਕ ਦੇ ਲੋਕੀ ਵੀ ਇੱਥੇ ਆਉਂਦੇ ਆ ਤੁਹਾਡੇ ਪਿੰਡ? ਬਹੁਤ ਵੱਡੀ ਗੱਲ, ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਹੀ ਇਹ ਮਿਕਸ ਅਪ ਹੋ ਗਿਆ ਹੈ। ਹਾਂ ਹਾਂ, ਹੁਣ ਤਾਂ ਚਲੋ ਲੱਗ ਗਿਆ। ਹਾਂਜੀ। ਤੁਸੀਂ ਆਪ ਕੀ ਕੰਮ ਕਰਦੇ ਹੋ? ਮੈਂ ਜੀ ਮੇਰਕਾ ਡੀ ਦੇ ਵਿੱਚ ਉੱਥੇ ਸੁਪਰਵਾਈਜ਼ਰ ਰਿਟਾਇਰ ਹੋਇਆ। ਅੱਛਾ ਅੱਛਾ। ਅਤੇ ਪਹਿਲਾਂ ਨੌਕਰੀ ਵੀ ਕਰਦਾ ਰਿਹਾ, ਸਰਪੰਚ ਵੀ ਰਿਹਾ। ਅੱਛਾ। ਅਤੇ ਖੇਤ ਮਜ਼ਦੂਰ ਵੀ ਆ। ਵਾਹ 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 ਵਾਹ। ਬਸ ਬੜਾ ਤੁਹਾਨੂੰ ਜਿਹੜਾ ਗ੍ਰਾਸਰੂਟ ਲੈਵਲ ਦਾ ਤਜਰਬਾ ਹੈਗਾ ਨਾ, ਬੜੇ ਹੈਗਾ। ਮੈਨੂੰ ਇਹ ਨਾ ਵੀ ਮੈਨੂੰ ਓਨਾ ਚਿਰ ਖੁਸ਼ੀ ਨਹੀਂ ਹੁੰਦੀ ਜਦੋਂ ਮੈਂ ਆਪਣੇ ਹੱਥੀਂ ਕੰਮ ਨਾ ਕਰ ਲਵਾਂ। ਬਹੁਤ ਅੱਛੀ ਗੱਲ, ਬਹੁਤ ਅੱਛੀ, ਬਹੁਤ ਵਧੀਆ ਲੱਗਾ। ਬਾਕੀ ਇੱਕ ਗੱਲ ਹੋਰ ਦੱਸੋ, ਇਹ ਸਰਪੰਚ ਸਾਹਿਬ ਨੇ ਕੀਤੀ ਸੀ ਆ, ਜਿਵੇਂ ਆ ਜ਼ਮੀਨ ਅਕੁਆਇਰ ਹੋ ਜਾਏਗੀ ਅਤੇ ਜਿਹੜੀ ਜਿਵੇਂ ਇੱਕ ਦੱਸਦੇ ਸੀ ਵੀ ਗੋਭੀ ਲੱਗਦੀ ਹੈਗੀ ਆ, ਜਿਹੜੇ ਗਰੀਬ ਲੋਕ ਜਿਹੜਾ ਹੈਗਾ ਮਜ਼ਦੂਰੀ ਕਰਦੇ ਸੀ, ਮਜ਼ਦੂਰਾਂ ਦਾ ਕੀ ਹਾਲ ਹੋਏਗਾ ਫਿਰ? ਮਜ਼ਦੂਰ ਦਾ ਤਾਂ ਵੈਸੇ ਜੀ ਬੁਰਾਈ ਆ, ਬੁਰਾਈ ਹਾਲ ਹੈ ਇਸ ਇਲਾਕੇ ਵਿੱਚ। ਵੇਖੋ ਗੱਲ ਕਿਉਂ ਜੇ ਵੇਖਿਆ ਜਾਵੇ ਤਾਂ ਕੋਈ ਮਜ਼ਦੂਰਾਂ ਦਾ ਕਿਸੇ ਬਣੇ ਕੋਈ ਵਿਚਾਰੇ ਕਿਸੇ ਸਰਕਾਰ ਨੇ ਕੋਈ ਕੋਈ ਸੋਚਿਆ ਨਹੀਂ, ਨਹੀਂ ਸੋਚਿਆ ਨਹੀਂ। ਮਜ਼ਦੂਰ ਬਹੁਤ ਵਿਚਾਰੇ ਪਰੇਸ਼ਾਨ ਨੇ, ਮੇਰੀ ਗੱਲ ਸੁਣੋ। ਜ਼ਮੀਨਦਾਰ ਤੇ ਮਤਲਬ ਵੇਖੋ ਫਸਲ ਆਪਣੀ ਵੱਢਦਾ ਤੇ ਆਪਣੇ ਥੋੜਾ ਬਹੁਤਾ ਉਹਨੂੰ, ਮਜ਼ਦੂਰ ਕਿੱਥੋਂ ਮਤਲਬ ਹੁਣ ਇਹਨਾਂ ਨੂੰ ਚਾਹੀਦੀ ਕੋਈ ਫੈਕਟਰੀ ਲਾਉਣੀ ਹੈ ਜਾਂ ਕਾਰੋਬਾਰ ਇਹੋ ਜਿਹਾ ਕਰਨਾ। ਜ਼ਮੀਨਦਾਰਾਂ ਦੇ ਪੈਸੇ ਵੱਧ ਤੋਂ ਵੱਧ ਪਹਿਲਾਂ ਦੇਣ, ਫਿਰ ਸੜਕ ਦਾ ਰਾਹ ਖੋਲ੍ਹਣ। ਅਸੀਂ ਤਾਂ ਕਹਿੰਦੇ ਹਾਂ ਉਹਨਾਂ ਨੂੰ ਵੱਧ ਤੋਂ ਵੱਧ ਪੈਸੇ ਮਿਲਣੇ ਚਾਹੀਦਾ, ਬੈਨੀਫਿਟ ਉਹਨਾਂ ਨੂੰ ਮਿਲਣਾ ਚਾਹੀਦਾ। ਜੋ ਆਪਣੇ ਵੇਖੋ ਜੀ ਉਹਨਾਂ ਜ਼ਮੀਨ ਆਪਣੀ ਦੇਣੀ ਆ ਅਤੇ ਉਹਦੇ ਬਦਲੇ ਉਹਨਾਂ ਦੇ ਪੈਸੇ ਤਾਂ ਉਹਨਾਂ ਨੂੰ ਦੇਣ, ਠੀਕ ਮੁਆਵਜ਼ਾ ਜਿਹੜਾ ਰੇਟ ਠੀਕ ਹੈ ਜੀ। ਅਸੀਂ ਤਾਂ ਕਹਿੰਦੇ ਹਾਂ ਕੋਈ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਣਾ, ਅਤੇ ਜਿਹੜੇ ਗਰੀਬ ਸਾਡੇ ਲੋਕ ਜਿਹੜੇ ਨਾ ਮਾੜੇ ਵੀ ਹਲਚਲ ਹੋਵੇ ਤਾਂ ਲੋਕ ਕਦੀ ਪਿੱਛਾ ਜਾਣ ਨੂੰ ਤਿਆਰ ਨੇ। ਇੰਨੇ ਦਲੇਰ ਲੋਕ ਨੇ, ਇੰਨੇ ਲੋਕ ਚੰਗੇ ਨੇ, ਮੇਰੀ ਗੱਲ ਸੁਣੋ। ਬਹੁਤ ਅੱਛਾ ਲੱਗਾ। ਬਾਕੀ ਅਸੀਂ ਵੀ ਕਹਿੰਦੇ ਹਾਂ ਵੀ ਦੇਸ਼ਾਂ 'ਚ ਅਮਨ ਹੋਣਾ ਚਾਹੀਦਾ, ਲੜਾਈ ਦੇ ਨਾਲ ਕੋਈ ਮਸਲਾ ਨਹੀਂ ਹੁੰਦਾ। ਅੱਛਾ ਚਲੋ, ਹਾਂ ਤੁਸੀਂ ਇਹ ਮੈਂ ਇਸੇ ਗੱਲ 'ਤੇ ਸਵਾਲ ਪੁੱਛਣ ਵਾਲਾ ਸੀ। ਹੁਣ ਤਾਂ ਰਿਲੇਸ਼ਨ ਪਾਕਿਸਤਾਨ ਹਿੰਦੁਸਤਾਨ ਦੇ ਠੀਕ ਹੋ ਗਏ, ਪਾਕਿਸਤਾਨ ਦੇ ਲੋਕਾਂ ਨੂੰ ਕੁਝ ਵਧੀਆ ਜਿਹਾ ਸੁਨੇਹਾ ਦਿਓ ਅਤੇ ਕਰਤਾਰਪੁਰ ਲਾਂਘੇ ਬਾਰੇ ਤੇ ਅਮਨ ਸ਼ਾਂਤੀ। ਅਸੀਂ ਕਹਿੰਦੇ ਹਾਂ ਵੀ ਕਰਤਾਰਪੁਰ ਦਾ ਲਾਂਘਾ ਛੇ ਛੇ ਦੀ ਖੁੱਲ੍ਹੇ। ਹਾਂਜੀ, ਅਸੀਂ ਲੋਕ ਜਿਹੜੇ ਬਾਬਾ ਜੀ ਦੇ ਦਰਸ਼ਨ ਖੁੱਲ੍ਹੇ ਕਰੀਏ ਅਤੇ ਕੋਈ ਇੱਥੇ ਟਿਕਟ ਨਾ ਲੱਗੇ। ਹਾਂਜੀ, ਹੁਣ ਜਿਵੇਂ ਸੁਣੀਦਾ ਵੀ 500 ਰੁਪਇਆ ਕਿਸੇ ਬੰਦੇ ਤੋਂ ਵਿਚਾਰੇ ਕੋਲ ਨਹੀਂ ਹੁੰਦਾ। ਹਾਂਜੀ, ਭਾਵੇਂ ਆਪਣੀ ਮਰਜ਼ੀ ਨਾਲ 1000 ਹੀ ਚੜਾ ਦੇ, ਕੀ ਜਾਂਦੇ ਆ ਮੇਰੀ ਗੱਲ ਸੁਣ। ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ, ਮਤਲਬ ਆਏਗਾ ਜੇ ਪ੍ਰੇਮ ਦੇ ਵਿੱਚ ਗੱਲ ਹੈ ਵੀ ਉਹਦੇ ਪ੍ਰੇਮ 'ਚ ਚਾਹੇ 2 ਲੱਖ ਚਾੜ ਦੇਵੇ, ਲੇਕਿਨ ਜੇ ਮੰਗ ਕੇ ਲੈਣਾ ਉਹ ਮਾੜੀ ਗੱਲ ਹੈ। ਜਿਹੜੀ ਬੰਦਿਸ਼ ਆ ਪ੍ਰੇਮ 'ਚ ਉਹ ਨਹੀਂ ਚੰਗੀ ਲੱਗਦੀ, ਮੈਂ ਮੇਰਾ ਤਾਂ ਇਹੋ ਵਿਚਾਰ ਹੈ ਪ੍ਰੇਮ 'ਚ ਜੇ ਸਭ ਕੁਛ ਹੈ ਨਾ ਬੁਰੀ ਗੱਲ ਹੈ। ਬਹੁਤ ਅੱਛਾ, ਮਿਹਰਬਾਨੀ ਮਿਹਰਬਾਨੀ, ਧੰਨਵਾਦ। ਦਰਸ਼ਕੋ, ਦੋਨੋਂ ਹੀ ਸਰਪੰਚ ਜਿਹੜੇ ਮੌਜੂਦਾ ਅਤੇ ਜਿਹੜੇ ਹੈਗੇ ਸਾਬਕਾ ਇਕੱਠੇ ਹੋ ਗਏ ਆ। ਤੁਸੀਂ ਹੁਣ ਅਖੀਰ ਵਿੱਚ ਕੋਈ ਗੌਰਮੈਂਟ ਨੂੰ ਕੋਈ ਸੁਝਾਅ ਦਿਓ ਵੀ ਜਿਹੜਾ ਇਹ ਤੁਹਾਡਾ ਪਿੰਡ ਆ ਬਿਲਕੁਲ ਬਾਰਡਰ ਦੇ ਲਾਗਾ ਲੱਗਦਾ ਹੈਗਾ, ਵੀ ਇਹਦੀ ਵੀ ਥੋੜ੍ਹੀ ਬਹੁਤੀ ਤਰੱਕੀ ਹੋ ਜਾਵੇ। ਤੁਸੀਂ ਥੋੜ੍ਹੀ ਜਿਹੀ ਗੱਲ ਇਸ਼ਾਰਾ ਕੀਤਾ ਸੀ ਕੋਈ ਫੈਕਟਰੀ ਫੁਕਟਰੀ ਦਾ, ਫੈਕਟਰੀ ਤਾਂ ਸਰਕਾਰ 'ਚ ਡਰਦੀ ਨਹੀਂ ਲਾਉਂਦੀ ਹੋਣੀ, ਫੈਕਟਰੀ ਕੌਣ ਲਾਏਗਾ ਇੰਨੇ ਇਲਾਕੇ ਦੇ? ਵੇਖੋ ਜੀ ਸਰ, ਜੇ ਆਪਾਂ ਨੇ ਵੀ ਸਰਕਾਰ ਡਰਦਿਆਂ ਫੈਕਟਰੀ ਨਹੀਂ ਲਾਉਂਦੀ ਅਤੇ ਜੇ ਰਸਤਾ ਖੁੱਲ੍ਹਣ ਜਾ ਰਿਹਾ ਵਾ, ਜੇ ਰਸਤਾ ਖੁੱਲ੍ਹ ਜਾਂਦਾ ਪਾਕਿਸਤਾਨ ਦੇ ਨਾਲ, ਸਾਡਾ ਰਸਤਾ ਖੁੱਲ੍ਹਣ ਜਾਣਾ, ਦੋਵਾਂ ਦੇਸ਼ਾਂ ਦੇ ਸੰਬੰਧ ਚੰਗੇ ਬਣ ਜਾਂਦੇ ਨੇ ਅਤੇ ਫਿਰ ਸਾਨੂੰ ਡਰ ਕਾਹਦਾ ਰਹਿ ਗਿਆ? ਫਿਰ ਕਾਹਦਾ ਡਰ ਰਹਿ ਗਿਆ? ਅਸੀਂ ਤਾਂ ਆਉਂਦੇ ਹਾਂ ਵੀ ਖੁੱਲ੍ਹੇ ਦਿਲ ਦੇ ਨਾਲ ਜਿਹੜੀ ਹੈ ਸਰਕਾਰ ਜਿਹੜੀ ਹੈ ਇੱਥੇ, ਜਾਂ ਉਹ ਸੈਂਟਰ ਆ ਜਾਂ ਉਹ ਪੰਜਾਬ ਸਰਕਾਰ ਆ, ਖੁੱਲ੍ਹੇ ਦਿਲ ਦੇ ਨਾਲ ਇੱਥੇ ਫੈਕਟਰੀਆਂ ਜਿਹੜੀਆਂ ਲਾਵੇ ਅਤੇ ਜੇ ਨਸ਼ਟ ਹੋਣੇ ਆ, ਜੇ ਸਾਨੂੰ ਖਤਰਾ ਹੀ ਆ ਤਾਂ ਕੀ ਆ, ਜਿਹੜੇ ਨਗਰ ਬੈਠੇ ਨੇ ਇੱਥੇ ਬਾਰਡਰ ਦੇ ਉੱਤੇ ਇਹ ਨਹੀਂ ਨਸ਼ਟ ਹੋਣੇ? ਬਿਲਕੁਲ, ਜੇ ਫੈਕਟਰੀਆਂ ਨਸ਼ਟ ਹੋ ਜਾਣਗੀਆਂ ਤਾਂ ਫਿਰ ਸਾਨੂੰ ਕੀ ਫਰਕ ਪਏਗਾ? ਬਿਲਕੁਲ, ਹੈਂ, ਇਹ ਸਰਕਾਰਾਂ ਨੂੰ ਇਹ ਮਨ 'ਚੋਂ ਦਿਲ 'ਚੋਂ ਭੁਲੇਖਾ ਕੱਢ ਕੇ ਜਿਹੜੀ ਆ ਖੁੱਲ੍ਹੇ ਦਿਲ ਦੇ ਨਾਲ ਇੱਥੇ ਜਿਹੜੀਆਂ ਫੈਕਟਰੀਆਂ ਜਿਹੜੀਆਂ ਉਹ ਲਾਉਣੀਆਂ ਚਾਹੀਦੀਆਂ ਨੇ, ਮਜ਼ਦੂਰਾਂ ਦਾ, ਕਿਸਾਨਾਂ ਦਾ,
ਇਹਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਫਰਕ ਹੋਵੇਗਾ, ਆਪ ਫਰਕ ਪਵੇਗਾ, ਕਿਉਂ ਕੰਮ ਕਰ ਸਕਣਗੇ ਕਿਸਾਨ ਵੀ ਉਹਦੇ 'ਚ ਕੰਮ ਕਰ ਸਕਣਗੇ, ਆਪਣੇ ਕੋਈ ਮੁਲਾਜ਼ਮ ਉਹਦੇ ਵਿੱਚ ਰਹਿ ਸਕਣਗੇ, ਕੁਝ ਮਜ਼ਦੂਰ ਉਹਦੇ 'ਚ ਕੰਮ ਕਰ ਸਕਣਗੇ। ਇਹ ਜਿਹੜਾ ਫੈਕਟਰੀਆਂ ਲੱਗਣਾ ਜਿਹੜਾ ਆਪਣੇ ਮਜ਼ਦੂਰ ਭਰਾਵਾਂ ਨੂੰ ਖਾਸ ਕਰਕੇ ਜਿਹੜਾ ਬਹੁਤ ਫਾਇਦਾ ਹੋਵੇਗਾ, ਕਿਉਂ ਜ਼ਮੀਨ 'ਤੇ ਜਿਹੜੀ ਉਹ ਗੋਭੀ ਵਾਲੀ ਸੀ ਉਹ ਅਕਵੈਰ ਹੋ ਜਾਣੀ, ਅੱਗੇ ਗੋਡੀ ਕਰਕੇ ਜਵਾਰੇ 300 ਰੁਪਈਆ 250 ਰੁਪਈਆ ਦਿਹਾੜੀ ਲੈ ਆਉਂਦੇ ਸੀ, ਅਤੇ ਜਦੋਂ ਜ਼ਮੀਨ ਸਾਰੀ ਗੋਭੀ ਵਾਲੀ ਅਕਵੈਰ ਹੋ ਗਈ ਤਾਂ ਉਹ ਚਾਰਿਆਂ ਨੇ ਕਮਾ ਕੇ ਕਿੱਥੋਂ ਖਾਣਾ ਵਾ। ਤੁਹਾਡੀ ਤੇ ਸਰਕਾਰਾਂ ਨੂੰ ਇਹੋ ਬੇਨਤੀ ਆ ਵੀ ਇੱਥੇ ਜਿਹੜੀਆਂ ਫੈਕਟਰੀਆਂ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਨੇ ਉਹ ਜਿਹੜੀਆਂ ਆਪਣੇ ਲੱਗਣੀਆਂ ਚਾਹੀਦੀਆਂ, ਇੱਥੋਂ ਦੀ ਜਿਹੜੀ ਜਿੰਨੀ ਵੀ ਆ ਸਾਰੇ ਪੰਜਾਬ ਨੂੰ ਛੱਡ ਕੇ ਬਾਰਡਰ ਦੇ ਏਰੀਏ ਲਾਗੇ, ਇਹ ਨਹੀਂ ਮੈਂ ਆਉਂਦਾ ਵੀ ਇੱਥੋਂ ਦੀ ਜਿੰਨੇ ਵੀ ਪਿੰਡ ਲਾਗੇ ਲਾਗੇ ਪੈਂਦੇ ਆ ਉੱਥੇ ਪਿੰਡਾਂ ਦੀ ਵੱਧ ਤੋਂ ਵੱਧ ਜਿਹੜੀ ਡਿਵੈਲਪਮੈਂਟ ਜਿਹੜੀ ਆ ਹੋਣੀ ਚਾਹੀਦੀ ਆ। ਅੱਛਾ ਇੱਕ ਗੱਲ ਹੋਰ ਦੱਸੋ, ਲੋਕੀ ਰਿਸ਼ਤੇ ਕਰ ਦਿੰਦੇ ਹੈਗੇ ਮੁੰਡਿਆਂ ਨੂੰ? ਹਾਂਜੀ ਹਾਂਜੀ ਰਿਸ਼ਤੇ ਬਹੁਤ ਹੁੰਦੇ ਆ ਜੀ, ਰਿਸ਼ਤੇ ਤਾਂ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ, ਰਿਸ਼ਤੇ ਤਾਂ ਇਹੋ ਜਿਹੀ ਗੱਲ ਕਰਨ ਤੋਂ ਨਹੀਂ ਕੋਈ ਚੱਕਦਾ ਜੀ। ਗੁਰੂ ਨਾਨਕ ਸਾਹਿਬ ਨੇ ਸਾਨੂੰ ਦੇਣ ਦਿੱਤੀ ਆ। ਅੱਛਾ ਜੀ, ਲੋਕ ਪਹਿਲਾਂ ਇੱਥੇ ਝੱਕਦੇ ਸਨ, ਪਹਿਲਾਂ ਝੱਕਦੇ ਸੀ ਕਿਉਂਕਿ ਮਹਾਰਾਜ ਨੇ ਸਤਲੁਜ ਤੇ ਬਿਆਸ ਫਕੀਰਾਂ ਤੇ ਰਾਵੀ ਫਕੀਰਾਂ ਤੇ ਝਰਾਂ ਫਕੀਰਾਂ ਓਹੋ ਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਲੋਕ ਇਹਨਾਂ ਨੂੰ ਕੀਰਾਂ ਕਹਿੰਦੇ ਸਨ ਵੀ ਇਹ ਮਾੜੇ ਲੋਕ ਨੇ, ਤੇ ਗੁਰੂ ਨਾਨਕ ਸਾਹਿਬ ਨੇ ਇੱਕ ਵਰ ਦਿੱਤਾ ਤੇ ਰਾਵੀ ਤੇ ਸਦਾ ਸੁਹਾਵੀ, ਇਹ ਲੋਕ ਵੱਸਦੇ ਰਹਿਣਗੇ। ਹੁਣ ਜਦੋਂ ਵੀ ਕਦੋਂ ਕਿਤੇ ਦਰਿਆ 'ਚ ਫਲੱਡ ਆਵੇ ਕੋਈ ਗੱਲ ਹੋਵੇ, ਇਹ ਜ਼ਮੀਨ ਨੂੰ ਉਪਜਾਊ ਬਣਾਉਣ ਡੇ ਆ, ਕਰੀ ਸਾਡੀ ਜ਼ਮੀਨ ਵੱਧ ਤੋਂ ਵੱਧ ਫਸਲ ਦਿੰਦੀ ਆ। ਸਤਲੁਜ ਤੇ ਬਿਆਸ ਅਮੀਰਾਂ ਹਾਂਜੀ ਤੇ ਝਰਾਂ ਫਕੀਰਾਂ ਹਾਂਜੀ ਤੇ ਰਾਵੀ ਕੀਰਾਂ ਲੋਕ ਪਹਿਲਾਂ ਕਹਿੰਦੇ ਸਨ ਹਾਂਜੀ ਹਾਂਜੀ, ਤੇ ਗੁਰੂ ਨਾਨਕ ਸਾਹਿਬ ਨੇ ਇੱਕ ਵਰ ਦਿੱਤਾ ਸਾਡੇ ਲੋਕਾਂ ਨੂੰ ਵੀ ਰਾਵੀ ਤੇ ਸਦਾ ਸੁਹਾਵੀ, ਇਹ ਲੋਕ ਸਦਾ ਹੀ ਵੱਸਦੇ ਰਹਿਣਗੇ, ਇਹਨਾਂ ਨੂੰ ਕੋਈ ਨੁਕਸਾਨ ਨਹੀਂ। ਗੁਰੂ ਨਾਨਕ ਸਾਹਿਬ ਨੂੰ ਜਦੋਂ ਇੱਥੇ ਡੇਰਾ ਲਾਇਆ ਨਾ, ਗੁਰੂ ਨਾਨਕ ਸਾਹਿਬ ਨੂੰ ਵੀ ਲੋਕਾਂ ਨੇ ਮਹਾਰਾਜ ਸਾਡੀ ਤੇ ਤੁਸੀਂ ਤੇ ਫਸਲ ਇਹ ਜਾਣ ਦੇ ਕਹਿੰਦੇ ਲੋਕ ਸਦਾ ਵੱਸਦੇ ਰਹਿਣਗੇ, ਅਸੀਂ ਸਾਰੀ ਦੁਨੀਆਂ ਵੇਖੀ ਆ, ਇਹੋ ਜਿਹਾ ਇਲਾਕਾ ਕੋਈ ਨਹੀਂ ਵੇਖਿਆ ਜੇ ਗੁਰੂ ਨਾਨਕ ਸਾਹਿਬ ਨੇ ਇੱਥੇ ਮਤਲਬ ਇੰਨਾ ਕੁਝ ਕੀਤਾ ਹੈ ਤੇ ਫੈਕਟਰੀ ਲਾਉਂਦੇ ਜਦੋਂ ਸਾਨੂੰ ਨਹੀਂ ਡਰ, ਮੇਰੀ ਗੱਲ ਸਰਕਾਰਾਂ ਨੂੰ ਕਿਉਂ ਡਰਿਆ, ਸਰਕਾਰਾਂ ਨੂੰ ਕਾਹਦਾ ਡਰਿਆ, ਸਾਡਾ ਤੇ ਦਿਲ ਨਹੀਂ ਕਰਦਾ ਵੀ ਆਪਣਾ ਘਰ ਛੱਡੀਏ ਇਹੋ ਜਿਹਾ। ਹਾਂਜੀ ਇਹ ਤੇ ਚੱਪਾ ਚੱਪਾ ਗੁਰੂ ਨਾਨਕ ਸਾਹਿਬ ਨੇ ਪਵਿੱਤਰ ਕੀਤੀ ਹੋਈ ਆ, ਲੋਕੀ ਤੇ ਮਸਤਕ ਆਣ ਕੇ ਲਾਉਂਦੇ ਨੇ। ਮੈਂ ਇਹਨਾਂ ਵੀ ਜਦੋਂ ਮੈਂ ਇੱਕ ਵਾਰੀ ਦੀ ਗੱਲ ਤੁਹਾਨੂੰ ਦੱਸਾਂ, ਮੈਂ ਇੱਕ ਵਾਰੀ ਦਿੱਲੀ ਚਲ ਗਿਆ, ਅੱਛਾ ਦਿੱਲੀ ਚਲ ਗਿਆ ਤੇ ਉੱਥੇ ਜਾ ਕੇ ਕੀ ਹੋਇਆ ਤੇ ਮੈਨੂੰ ਕਹਿੰਦੇ ਵੀ ਕਿੱਥੋਂ ਹੋ ਗਿਆ, ਮੈਂ ਡੇਰਾ ਬਾਬਾ ਨਾਨਕ ਬਣਿਆ, ਤੇ ਮੈਨੂੰ ਕਹਿੰਦੇ ਇੱਕ ਮੇਰੀ ਗੱਲ ਸੁਣ ਲਿਆ, ਮੈਂ ਹੱਥ ਜੋੜ ਕੇ ਮੈਂ ਕੀ ਕਹਿੰਦੇ ਇੱਕ ਅੰਦਰ ਲਿਆਓ, ਉਹਨੇ ਬਦੋ ਬਦੀ ਮੇਰੇ ਪੈਰ ਧੋ ਦਿੱਤੇ। ਅੱਛਾ ਕਹਿੰਦੇ ਤੁਸੀਂ ਡੇਰਾ ਬਾਬਾ ਨਾਨਕ ਤੋਂ ਆਏ ਹੋ, ਇਸ ਕਰਕੇ ਮੈਂ ਕਹਾਂਗਾ ਕਿ ਸਰਕਾਰਾਂ ਨੂੰ ਨਹੀਂ ਡਰਨਾ ਚਾਹੀਦਾ, ਗਰੀਬਾਂ ਮਜ਼ਦੂਰਾਂ ਕਿਸਾਨਾਂ ਦਾ ਸਭ ਸੋਚ ਕੇ ਰਸਤਾ ਛੇਤੀ ਤੋਂ ਛੇਤੀ ਖੁੱਲ੍ਹੇ ਖੁੱਲ੍ਹੇ ਦਰਸ਼ਨ ਦਾਰ ਕਰੀਏ, ਸਾਨੂੰ ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ, ਸਾਡੇ ਵਾਸਤੇ ਸਾਰੇ ਕੋਝੇ ਨੇ। ਗੁਰੂ ਇਹ ਗੁਰੂ ਨਾਨਕ ਸਾਹਿਬ ਨੇ ਮਾਂ ਨਿਚ ਕੀ ਸਭੇ ਇੱਕ ਜਾਤ ਇੱਕ ਹੀ ਪਹਿਚਾਨ ਬੂ ਸਭੇ ਸਾਂਝੀ ਵਾਸ ਆਏ ਤੂੰ ਕਿਸੇ ਨਾ ਦਿਸੇ ਬਾਰਾ ਜੀ, ਉਹਦੇ ਵਾਸਤੇ ਕੋਈ ਗੱਲ ਨਹੀਂ। ਚਲੋ ਬਹੁਤ ਅੱਛਾ ਲੱਗਾ, ਬਹੁਤ ਅੱਛਾ ਲੱਗਾ, ਇਹ ਇਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਕਹੀਆਂ। ਇਸ ਧਰਤੀ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਹੈਗਾ ਆਸ਼ੀਰਵਾਦ ਆ, ਮੈਨੂੰ ਲੱਗਦਾ ਹੈਗਾ ਉਹਨਾਂ ਦੀ ਕਿਰਪਾ ਨਾਲ ਸਾਰੇ ਜਿਹੜੇ ਕਾਰਜ ਆ ਪੂਰੇ ਹੋ ਜਾਣਗੇ। ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ।